ਹਾਂਜੀ ਮਿੱਤਰੋ, ਜਿਵੇਂ ਕਿ ਝੋਨੇ ਸਾਰੇ ਨਿੱਸਰ ਚੁੱਕੇ ਨੇ ਅਤੇ ਲਾਸਟ ਸਪਰੇਅ ਕਰਨ ਦੀ ਤਿਆਰੀ 'ਚ ਆ ਕਿਸਾਨ ਭਰਾ, ਪਰ ਇਹ ਲਾਸਟ ਸਪਰੇਅ ਆਪਾਂ ਚੰਗੇ ਤਰੀਕੇ ਦੇ ਨਾਲ ਵਧੀਆ ਢੰਗ ਦੇ ਨਾਲ ਕਿਵੇਂ ਕਰ ਸਕਦੇ ਹਾਂ ਉਹਦੇ ਬਾਰੇ ਆਪਾਂ ਥੋੜ੍ਹਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਆਹ ਤਰੀਕੇ ਦੇ ਨਾਲ ਆਪਾਂ ਮਿੱਤਰੋ ਸਪਰੇਅ ਦਾ ਚੰਗਾ ਰਿਜ਼ਲਟ ਲੈ ਸਕਦੇ ਹਾਂ। ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਮਹਿੰਗੀਆਂ ਸਪਰੇਆਂ ਨੇ, ਅਤੇ ਹੈ ਵੀ ਇਹ ਲਾਸਟ ਸਪਰੇਅ ਆ, ਜੇ ਚੰਗੇ ਤਰੀਕੇ ਦੇ ਨਾਲ ਕੀਤੀ ਜਾਵੇ ਨਾ ਆਪਣਾ ਝੋਨਾ ਵਧੀਆ ਬਾਰੇ ਨੇਰੇ ਕਰ ਸਕਦਾ, ਇੱਕ ਸਪਰੇਅ ਨਹੀਂ ਸਰ ਸਕਦਾ। ਕਰਨਾ ਕੀ ਆ ਮਿੱਤਰੋ, ਜਿਵੇਂ ਕਿ ਪਹਿਲੀ ਗੱਲ ਤਾਂ ਆਪਾਂ ਪਾਣੀ ਤਾਜ਼ਾ ਲੈਣਾ ਜੀ, ਬਿਲਕੁਲ ਤਾਜ਼ਾ ਕੱਢਿਆ ਵਾ, ਬਾਕੀ ਭਾਵੇਂ ਨੋਰਮਲ ਹੋਵੇ ਕੋਈ ਵੀ ਹੋਵੇ, ਪਰ ਤਾਜ਼ਾ ਪਾਣੀ ਆਪਾਂ ਜਿਹਦੇ 'ਚ ਸਪਰੇਅ ਘੁੱਲਣੀ ਆ ਉਹ ਤਾਜ਼ਾ ਪਾਣੀ ਹੋਵੇ ਕੱਢਿਆ ਵਾ। ਮੋਟਰ ਚਲਾ ਲਓ ਭਾਵੇਂ ਕਦੋਂ ਮਰਜ਼ੀ ਹੱਲ ਕਰ ਲਓ, ਤਾਜ਼ੇ ਪਾਣੀ ਦਾ ਹੱਲ ਕਰ ਲਓ। ਅਤੇ ਦੂਸਰਾ ਜਿਵੇਂ ਕਿ ਆਪਾਂ ਸਪਰੇਆਂ ਘੱਟੋ ਘੱਟ 3 ਸਪਰੇਆਂ ਕਰਦੇ ਹਾਂ ਰਲਾ ਕੇ, ਅਤੇ ਉਹਨਾਂ ਮਿੱਤਰੋ ਸਾਰੀਆਂ ਸਪਰੇਆਂ ਨਹੀਂ ਮਿਕਸ ਕਰਨੀਆਂ, ਉਹਦੇ 'ਚੋਂ ਆਪਾਂ 2 ਸਪਰੇਆਂ ਕਰ ਸਕਦੇ ਹਾਂ ਵੀ ਆਪਾਂ ਜਿਵੇਂ ਸੁੰਡੀ ਵਾਲੀ ਹੈ ਤੇਲੇ ਵਾਲੀ, ਉਹ ਇਕੱਠੀਆਂ ਦਾ ਕੰਬੀਨੇਸ਼ਨ ਚੱਲ ਸਕਦਾ। ਬਾਕੀ ਜਿਹੜੀ ਆ ਨਾਲ ਫੰਗੀ ਸਾਈਡ ਪਾਉਂਦੇ ਆਪਾਂ, ਇਹ ਮਿੱਤਰੋ ਅੱਡ ਆਪਾਂ ਪਾਉਣੀ ਆ, ਜਿਵੇਂ ਢੋਲੀ ਦੀ ਢੋਲੀ ਪਾਉਣੀ ਆ ਆਪਾਂ, 4 ਢੋਲਿਆਂ ਕਿੱਲੇ 'ਤੇ ਪੈਂਦੀਆਂ, ਉਸ ਹਿਸਾਬ ਨਾਲ ਵੰਡ ਲਓ ਇਹਨੂੰ ਵੀ ਢੋਲੀ ਦੇ ਢੋਲੀ ਪੈ ਜਾਏ ਆਈ ਵਾਰੀ, ਵੀ ਵਿੱਚ ਨਹੀਂ ਰਲਾਉਣੀ ਉਹਦੇ, ਆਪਾਂ 3 ਸਪਰੇਆਂ ਇਕੱਠੀਆਂ ਨਹੀਂ ਕਰਨੀਆਂ। ਉਹਦਾ ਰਿਜ਼ਲਟ ਤੁਸੀਂ ਦੇਖੋ, ਇੰਨਾ ਘੈਂਟ ਰਿਜ਼ਲਟ ਆਊਗਾ ਤੁਸੀਂ ਹੈਰਾਨ ਰਹਿ ਜਾਓਗੇ। ਅਤੇ ਜਦੋਂ ਮਿੱਤਰੋ ਸਪਰੇਅ ਕਰਨੀ ਆ ਉਹ ਟਾਈਮ ਹੋਵੇ ਸ਼ਾਮ ਦਾ, 3 ਵਜੇ ਤੋਂ ਬਾਅਦ ਜਾਂ 4 ਵਜੇ ਤੋਂ ਬਾਅਦ ਸਪਰੇਅ ਕਰਨੀ ਆਪਾਂ, ਭਾਵੇਂ ਥੋੜ੍ਹੀ ਥੋੜ੍ਹੀ ਕਰਕੇ 2 ਦਿਨਾਂ 'ਚ ਹੋ ਜਾਵੇ, ਪਰ ਸਪਰੇਅ ਆਪਾਂ ਸ਼ਾਮ ਦੇ ਟਾਈਮ ਹੀ ਕਰਨੀ ਹੈ ਤਾਂ ਕਿ ਆਪਾਂ ਨੂੰ 101% ਰਿਜ਼ਲਟ ਮਿਲ ਸਕੇ। ਇਹ ਮਿੱਤਰੋ ਆਪਦੇ ਤਜਰਬੇ ਅਪਣਾਏ ਹੋਏ ਆ ਅਤੇ ਫਿਰ ਤੁਹਾਡੇ ਲਈ ਸਾਂਝੇ ਕਰ ਰਹੇ ਹਾਂ। ਅਤੇ ਇੱਕ ਹੋਰ, ਜੇ ਆਪਾਂ ਇੰਜਣ ਵਾਲੀ ਢੋਲੀ ਨਾਲ ਸਪਰੇਅ ਕਰ ਰਹੇ ਹਾਂ, ਸਿੱਧਾ ਪ੍ਰੈਸਰ ਬੂਝੇ 'ਤੇ ਨਹੀਂ ਮਾਰਨਾ ਆਪਾਂ, ਆਹ ਦੇਖ ਸਕਦੇ ਹੋ ਜਿਵੇਂ ਤੁਸੀਂ ਵੀਡੀਓ 'ਚ ਦੇਖੀ ਜਾਂਦੇ ਹੋ, ਇਸ ਤਰ੍ਹਾਂ ਆਪਾਂ ਫੁਹਾਰਾ ਉੱਪਰ ਰੱਖਣਾ ਮਿੱਤਰੋ, ਤਾਂ ਕਿ ਉਹ ਝੋਨੇ ਦਾ ਵੀ ਨਾ ਨੁਕਸਾਨ ਹੋਵੇ। ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ।